ਸਾਡੇ ਵੱਲੋਂ ਐਕਸਪਲੋਸਿਵ ਮਟੀਰੀਅਲ ਸੀ ਕੋਈ, ਉਹ ਉਸ ਵੇਲੇ ਇਹ ਲੱਗਿਆ ਕਿ ਸ਼ਾਇਦ ਗ੍ਰੇਨੇਡ ਆਈ। ਏਰੀਏ 'ਚ ਇੱਕ CCTV ਲੱਗੇ ਜਿਹ 'ਚ ਕੈਦ ਹੋਈ, ਸ਼ੱਕ ਦੇ ਤੌਰ 'ਤੇ ਆਟੋ ਡਰਾਈਵਰ ਨੂੰ ਵੀ ਅਰੈਸਟ ਕੀਤਾ ਕੱਲ੍ਹ ਸ਼ਾਮ ਨੂੰ ਪੁਲਿਸ ਨੇ। ਹੋਰ ਜਗ੍ਹਾ ਤੋਂ ਪੁਲਿਸ ਨੇ ਲਈ। ਟੈਰਰ ਐਂਗਲ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪੁਲਿਸ ਬੜਾ ਸੀ। 1986 ਚ ਨਕੋਦਰ ਚ ਕਈ ਸਿੱਖਾਂ ਦਾ ਗੋਲੀ ਚੱਲੀ, ਚਾਰ ਡੈਥ ਹੋਈਆਂ, ਮੌਤਾਂ ਹੋਈਆਂ, ਜਿਹੜੇ ਕਈ ਸਿੱਖ ਮਾਰੇ ਗਏ ਸੀਗੇ। ਇੱਕ ਤਾਂ ਉਸ ਨਾਂ ਦਾ ਅਕਾਊਂਟ ਕੋਈ ਨਹੀਂ ਹੈਗਾ, ਦੂਸਰਾ ਉਹਨਾਂ ਦਾ ਨਾਂ ਹੀ ਗਲਤ ਲਿਖਿਆ, ਗੁਰਕੀਰ ਸਿੰਘ ਚਾਹਲ ਲਿਖਿਆ, ਉਹ ਜਸਕੀਰ ਚਾਹਲ ਸੀ। ਬਾਬੂ ਸ਼ਹੀਦ ਟਾਈਮਜ਼ ਦਾ ਸਵਾਗਤ ਹੈ। ਚੰਡੀਗੜ੍ਹ ਦੀ ਇੱਕ ਬੜੀ ਧਮਾਕਾ ਜਿਹੜਾ ਚੰਡੀਗੜ੍ਹ 'ਚ ਹੋਇਆ, ਬੜੀ ਹੈਰਾਨੀਜਨਕ ਘਟਨਾ ਵਾਪਰੀ 11 ਸਤੰਬਰ ਨੂੰ। ਇੱਕ ਗ੍ਰਨੇਡ ਟਾਈਪ ਅਟੈਕ, ਗ੍ਰਨੇਡ ਟਾਈਪ, ਜਾਂ ਇਹ ਕਹਿ ਲਓ ਕਿ ਗ੍ਰਨੇਡ ਵਾਂਗ, ਜਿਵੇਂ ਗ੍ਰਨੇਡ ਛੁੱਟੀ ਦਾ ਹੁੰਦਾ ਇਸ ਤਰ੍ਹਾਂ ਦੀ ਬੰਬ ਦੇ ਵਰਗੀ ਕੋਈ ਚੀਜ਼ ਛੁੱਟੀ 10 ਸੈਕਟਰ ਦੀ ਪੌਸ਼ ਜਿਹੜੀ ਸੈਕਟਰ ਹੈ ਉਹਦੇ ਵਿੱਚ, ਅਤੇ ਸ਼ਾਮ ਦਾ ਵੇਲਾ ਸੀ। ਅਤੇ ਉਸ ਘਟਨਾ ਦੇ ਨਾਲ ਬੜੀ ਦਹਿਸ਼ਤ ਫੈਲੀ, ਚਰਚਾ ਹੋਈ, ਵਾਦ ਵਿਵਾਦ ਹੋ ਰਿਹਾ, ਕਿਉਂ ਹੋਇਆ, ਕਿਵੇਂ ਹੋਇਆ, ਕਿਸਨੇ ਕੀਤਾ। ਅਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਚੰਡੀਗੜ੍ਹ ਆਮ ਤੌਰ 'ਤੇ ਸੁਰੱਖਿਅਤ ਸਿਟੀ ਮੰਨਿਆ ਜਾਂਦਾ, ਵੀ ਉਸ ਵਿੱਚ ਇਹ ਘਟਨਾ ਕਿਵੇਂ ਵਾਪਰ ਗਈ, ਕਿਉਂ ਹੋਈ, ਕੌਣ ਟਾਰਗੇਟ ਸੀਗਾ, ਅਤੇ ਕਰਨ ਵਾਲੇ ਕੌਣ ਸੀ, ਦੋਸ਼ੀ ਕੌਣ ਸੀ, ਇਹ ਸਾਰੇ ਸਵਾਲ ਜਿੱਥੇ ਲੋਕਾਂ ਦੇ ਮਨਾਂ 'ਚ ਨੇ, ਉੱਥੇ ਪੁਲਿਸ ਵੀ ਜਿਹੜੀ ਇਸ ਇਹਨਾਂ ਸਵਾਲਾਂ ਨਾਲ ਖੋਝਲ ਰਹੀ ਹੈ, ਕੰਮ ਕਰ ਰਹੀ ਹੈ। ਅਤੇ ਇਸ ਮਸਲੇ 'ਤੇ ਥੋੜ੍ਹੀ ਚਰਚਾ ਕਰਾਂਗੇ। ਮੇਰੇ ਨਾਲ ਨੇ ਹਰਸ਼ ਬਾਬ ਸਿੱਧੂ, ਸਾਡੇ ਜਿਹੜੇ ਕੁਲੀਗ ਨੇ। ਹਰਸ਼ ਬਾਬ, ਬੜੀ ਅਜੀਬ ਜਿਹੀ ਘਟਨਾ ਵਾਪਰੀ ਹੈ, ਮਾੜਾ ਜਿਹਾ ਉਹਨਾਂ ਦਾ ਸ਼ਾਰਟ ਜਿਹਾ ਵੇਰਵਾ ਦੇ ਦਿਓ ਵੀ ਹੋਇਆ ਕਿਵੇਂ। ਹੁੰਦਾ ਆਪਾਂ ਬਥੇਰਾ ਅਸੀਂ ਕੱਲ੍ਹ ਦੀ ਪਬਲਿਸ ਉਹ ਦਿੱਤਾ, ਮਾੜਾ ਸ਼ਾਰਟ 'ਚ ਬੱਲੇ ਸਾਹਿਬ। ਕੱਲ੍ਹ ਵੀਰਵਾਰ, ਮਾਫ ਕਰਨਾ, ਬੁੱਧਵਾਰ 11 ਸਪਟੰਬਰ ਦਾ ਦਿਨ ਸੀ, ਅਤੇ ਸ਼ਾਮ ਨੂੰ ਇਹ 5:30 to 6 ਵਜੇ ਦੇ ਵਿੱਚ ਦਾ ਸਮਾਂ ਸੀ ਸ਼ਾਮ ਦਾ, ਜਦੋਂ ਇਹ ਘਟਨਾ ਵਾਪਰੀ ਹੈ। ਕਿਸੇ ਵੱਲੋਂ ਐਕਸਪਲੋਸਿਵ ਮਟੀਰੀਅਲ ਸੀ ਕੋਈ, ਉਹ ਉਸ ਵੇਲੇ ਇਹ ਲੱਗਿਆ ਕਿ ਸ਼ਾਇਦ ਗ੍ਰਨੇਡ ਟਾਈਪ ਉਹਨੂੰ ਕਹਿ ਸਕਦੇ ਹਾਂ। ਵੈਸੇ ਕੋਈ ਐਕਸਪਲੋਸਿਵ ਮਟੀਰੀਅਲ ਸੀ, ਲੋ ਇੰਟੈਂਸਿਟੀ ਪ੍ਰੈਸ਼ਰ ਟਾਈਪ, ਜਿਵੇਂ ਪ੍ਰੈਸ਼ਰ ਬੋਮ ਟਾਈਪ, ਉਹ ਘਰ ਦੇ ਵਿੱਚ ਸੁੱਟਿਆ ਗਿਆ। ਧਮਾਕਾ ਤਾਂ ਕਾਫੀ ਹੋਇਆ ਸੀ, ਧਮਾਕਾ ਕਾਫੀ ਹੋਇਆ ਕਿਉਂਕਿ ਜੀ ਜਿਹੜਾ ਧਮਾਕੇ ਦੀ, ਉਸ ਤੋਂ ਬਾਅਦ ਉਸ ਏਰੀਏ 'ਚ ਇੱਕ CCTV ਲੱਗੇ ਜੀ 'ਚ ਕੈਦ ਹੋਈ ਇਹ, ਉਹਦੇ ਵਿੱਚ ਪਤਾ ਲੱਗ ਰਿਹਾ ਕਿ ਹਾਲਾਂਕਿ ਉਹ ਘਰ ਤੋਂ ਥੋੜ੍ਹਾ ਦੂਰ ਹੈ, CCTV ਲੱਗਾ ਕਿਸੇ ਹੋਰ ਘਰ 'ਚ ਲੱਗਿਆ, ਪਰ ਉੱਥੇ ਇੱਕ ਤਾਂ ਉਹ ਸਪਾਰਕ ਜਦੋਂ ਹੋਇਆ ਉਹ ਕਲੀਅਰਲੀ ਉਹਦੇ 'ਚ ਦਿਖ ਰਿਹਾ, ਅਤੇ ਇੱਕ ਜਿਹੜਾ ਉੱਥੋਂ ਆਟੋ ਆ ਰਿਹਾ ਸੀ, ਉਸ ਤੋਂ ਬਾਅਦ ਫਿਰ ਪੁਲਿਸ ਨੂੰ ਵੀ ਸ਼ੱਕ ਦੇ ਤੌਰ 'ਤੇ ਆਟੋ ਡਰਾਈਵਰ ਨੂੰ ਵੀ ਅਰੈਸਟ ਕੀਤਾ ਕੱਲ੍ਹ ਸ਼ਾਮ ਨੂੰ ਪੁਲਿਸ ਨੇ। ਅਤੇ ਉਹ ਕਿਸੇ ਨੇ ਲੋਨ ਦੇ ਵਿੱਚ, ਜਿਹੜਾ ਘਰ ਦੇ ਵਿੱਚ ਬਿਲਕੁਲ ਟਾਰਗੇਟ ਕਰਕੇ ਕਿ ਇਸੇ ਘਰ 'ਚ ਸਿੱਟਣਾ,
ਉਹ ਉੱਥੇ ਸਿੱਟਿਆ ਤੇ ਸਿੱਟ ਦੇ ਸਾਰ ਹੀ ਜਿਹੜਾ ਉਹਦਾ ਘਰ ਦੇ ਸ਼ੀਸ਼ੇ 575 ਨੰਬਰ ਹੈ ਸੈਕਟਰ 10 ਚ ਤੇ ਉਹ ਸਾਰੀ ਜਿਹੜੀ ਲੇਨ ਆ ਉਹ ਬੜੇ ਬੜਾ ਮਤਲਬ ਪੋਸ਼ ਏਰੀਆ ਦੱਸਿਆ ਬਿਲਕੁਲ ਤੇ ਉਹ ਉਹ ਅੰਦਰ ਜਿਵੇਂ ਹੀ ਉਹ ਸਿੱਟਿਆ ਤੇ ਐਕਸਪਲੋਡ ਉਹਨੇ ਐਕਸਪਲੋਡ ਹੋਇਆ ਤੇ ਇੱਕ ਤਾਂ ਸ਼ੀਸ਼ੇ ਕਈ ਟੁੱਟੇ ਨੇ ਜਿਹੜੇ ਵਿੰਡੋ ਪੇਨਸ ਹੁੰਦੇ ਨੇ ਤੇ ਕਈ ਗਮਲੇ ਪਏ ਸੀ ਲੌਨ ਸੀਗਾ ਕਿ ਉਹ ਗਮਲੇ ਵੀ ਟੁੱਟੇ ਆ ਲੱਕੀਲੀ ਉੱਥੇ ਕੋਈ ਉਸ ਵੇਲੇ ਹੈ ਨਹੀਂ ਸੀ ਉੱਥੇ ਨਹੀਂ ਸੀ ਇਹ ਜ਼ਰੂਰ ਦੱਸਿਆ ਗਿਆ ਕਿ ਜਿਹੜੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਨੇ ਕੇ ਕੇ ਮਲਹੋਤਰਾ ਨੇ ਜਿਹੜੇ ਰਿਟਾਇਰਡ ਪ੍ਰੋਫੈਸਰ ਨੇ 100 ਸਾਲ ਦੇ ਨੇੜ ਉਹਨਾਂ ਦੀ ਉਮਰ ਹੈ ਉਹ ਕੁਛ ਕੁ ਮਿੰਟ ਪਹਿਲਾਂ ਉੱਥੇ ਬੈਠੇ ਸੀ ਲੌਨ 'ਚੋਂ ਕਹਿੰਦੇ ਕਿਤਾਬ ਪੜ੍ਹ ਰਹੇ ਸੀ ਪਰ ਉਹ ਚਲੇ ਗਏ ਸੀ ਅੰਦਰ ਉਸ ਤੋਂ ਕੁਛ ਮਿੰਟਾਂ ਬਾਅਦ ਹੀ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਜਿਵੇਂ ਹੀ ਇਹ ਹੋਇਆ ਤੇ ਉੱਥੇ ਆਲੇ ਦੁਆਲੇ ਜਿਹੜਾ ਸੀਗਾ ਮਤਲਬ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਇੱਕ ਸਿਰਫ ਪ੍ਰਾਪਰਟੀ ਦਾ ਨੁਕਸਾਨ ਹੋਇਆ ਸ਼ੀਸ਼ੇ ਟੁੱਟੇ ਜਾਂ ਕੋਈ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਨਹੀਂ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਜਦੋਂ ਉਦੋਂ ਇਨੀਸ਼ੀਅਲੀ ਲੱਗ ਰਿਹਾ ਸੀ ਵੀ ਸ਼ਾਇਦ ਗ੍ਰੇਨੇਡ ਸਿੱਟਤਾ ਫਿਰ ਉਹ ਜਿਹੜਾ ਬੌਂਬ ਸਕੁਆਡ ਵੀ ਅਸੀਂ ਵੀ ਸਾਰਿਆਂ ਨੇ ਇਹ ਲਿਖਤਾ ਵੀ ਗ੍ਰਨੇਡ ਕਿਉਂਕਿ ਗ੍ਰਨੇਡ ਟਾਈਪ ਗ੍ਰਨੇਡ ਹਾਂਜੀ ਇੱਦਾਂ ਜਿਹਾ ਲੱਗਿਆ ਸੀ ਵੀ ਗ੍ਰਨੇਡ ਜਿਵੇਂ ਉਦੋਂ ਬੌਂਬ ਸਕੁਆਡ ਵਾਲੇ ਵੀ ਪਹੁੰਚੇ ਉੱਥੇ ਅਤੇ ਫਿਰ ਉੱਥੇ ਸੀਨੀਅਰ ਅਧਿਕਾਰੀ ਪਹੁੰਚਣੇ ਸ਼ੁਰੂ ਹੋਏ ਐਸ ਐਸ ਪੀ ਕਮਰਦੀਪ ਕੌਰ ਆਪ ਮੌਕੇ 'ਤੇ ਪਹੁੰਚੇ ਉਹਨਾਂ ਨੇ ਸਾਰਾ ਦੇਖਿਆ ਉੱਥੇ ਅਤੇ ਉਸ ਤੋਂ ਬਾਅਦ ਫਿਰ ਇਹ ਹੁਣ ਵੀ ਆਪਾਂ ਉੱਥੇ ਦੇਖਾਂਗੇ ਤਾਂ ਕੱਲ੍ਹ ਘਟਨਾ ਵਾਪਰਨ ਤੋਂ ਲੈ ਕੇ ਹੁਣ ਤੱਕ 20-22 ਘੰਟੇ ਆਲਮੋਸਟ ਹੋ ਚੁੱਕੇ ਨੇ ਅਤੇ ਉਸੇ ਤਰ੍ਹਾਂ ਦੇ ਨਾਲ ਹੀ ਉੱਥੇ ਮਾਹੌਲ ਬਣਿਆ ਹੋਇਆ ਪੁਲਿਸ ਲਗਾਤਾਰ ਅਲਰਟ 'ਤੇ ਹੈ ਹੁਣ ਆਪਾਂ ਕਹਿ ਸਕਦੇ ਹਾਂ ਕਿ ਇਕੱਲਾ 10 ਸੈਕਟਰ ਹੀ ਨਹੀਂ ਚੰਡੀਗੜ੍ਹ ਹੀ ਅਲਰਟ 'ਤੇ ਹੈਗਾ ਮਤਲਬ ਪਰ ਉਹ ਜਿਹੜੀ CCTV ਦੀਆਂ ਪਿਕਚਰ ਰਿਲੀਜ਼ ਕੀਤੀਆਂ ਨੇ ਅੱਛਾ ਉਹਨੂੰ ਤਾਂ ਫਾੜੀ ਲਿਆ ਉਹਨਾਂ ਨੇ ਆਟੋ ਵਾਲੇ ਨੇ ਬਿਲਕੁਲ ਆਟੋ ਵਾਲਾ ਕਹਿ ਰਿਹਾ ਵੀ ਉਹ ਇੱਥੋਂ ਉਹਨਾਂ ਨੇ ਤਾਂ ਬੱਸ ਸਟੈਂਡ ਤੋਂ ਲਿਆ ਸੀ ਆਟੋ ਸ਼ਾਇਦ ਉਹਨਾਂ ਨੇ ਬਿਲਕੁਲ ਕਹਿ ਰਿਹਾ ਅਤੇ CCTV ਜਿਹੜੀਆਂ ਆਈਆਂ ਨੇ ਉਹ ਹਾਂਜੀ ਜਿਹੜੀਆਂ ਪੁਲਿਸ ਨੇ ਜਾਰੀ ਕੀਤੀਆਂ ਦੋ ਮੁੰਡੇ ਸਸਪੈਕਟ ਜਾ ਰਹੇ ਨੇ ਹਾਂ ਕੀ ਉਸ ਤੋਂ ਇਲਾਵਾ ਵੀ ਇੱਕ ਤਾਂ ਦੋ ਉਹ ਜਾਰੀ ਗਏ ਹੋਰ ਤਾਂ ਹੋਰ ਵੀ ਕੋਈ CCTV ਤੋਂ ਕੁਛ ਕਲਿਊ ਮਿਲਿਆ ਕੋਈ ਪਤਾ ਹੋਵੇ ਅਜੇ ਤਾਂ ਪੁਲਿਸ ਦਾ ਜਿਹੜਾ ਹੈਗਾ ਮੇਨ ਜਿਹੜਾ ਨਿਸ਼ਾਨਾ ਉਹਨਾਂ ਦੋਵਾਂ 'ਤੇ ਹੀ ਲੱਗ ਰਿਹਾ ਉਹਨਾਂ ਨੂੰ ਦੋ ਸਸਪੈਕਟ ਮੰਨਿਆ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਘੁੰਮ ਰਹੇ ਨੇ ਉਹਨਾਂ ਦੀ ਕੱਲ੍ਹ ਇੱਕ ਹੋਰ ਵੀਡੀਓ ਆਈ ਅੱਜ ਇੱਕ ਉਹਨਾਂ ਦੀ ਹੋਰ ਵੀਡੀਓ ਆਈ ਆ ਹੋਰ ਜਗ੍ਹਾ ਤੋਂ ਪੁਲਿਸ ਨੇ ਲਈ ਅੱਛਾ ਅਤੇ ਇੱਕ ਹੁਣ ਇਹਦੇ ਵਿੱਚ ਬਲੀ ਸਾਹਿਬ ਕਾਫੀ ਐਂਗਲਸ ਨੇ ਜਿਹੜੇ ਪੁਲਿਸ ਇਹਦੇ 'ਚ ਇਨਵੈਸਟੀਗੇਟ ਕਰ ਰਹੀ ਹੈ ਇੱਕ ਤਾਂ ਇਹ ਸੀਗਾ ਕਿ ਇਹ ਜਿਹੜਾ ਘਰ ਸੀ 2 ਸਾਲ ਪਹਿਲਾਂ ਇਸੇ ਘਰ 'ਚ ਅਟੈਕ ਹੋਣ ਦੀ ਇੱਕ ਪੂਰੀ ਸਾਜਿਸ਼ ਘੜੀ ਜਾ ਰਹੀ ਸੀ ਪਰ ਉਹ ਐਕਸਪੋਜ਼ ਹੋ ਗਈ ਸੀ ਰੈਕੀ ਕਰਦੇ ਫੜੇ ਗਏ ਸੀ ਕੀਤੀ ਗਈ ਸੀ ਕਿ ਬੰਦੇ ਫੜੇ ਗਏ ਸੀ ਰੈਕੀ ਕਰਦੇ ਫੜੇ ਗਏ ਉਸ ਵੇਲੇ AIG ਜਸਕੀਰਤ ਸਿੰਘ ਚਹਿਲ ਸੀਗੇ ਉਹ ਇੱਥੇ ਕਿਰਾਏ 'ਤੇ ਰਹਿੰਦੇ ਸੀਗੇ ਅਤੇ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਅਟੈਕ ਹੋਣ ਲੱਗਿਆ ਸੀ ਤਾਂ ਉਹਨਾਂ ਨੇ ਇਹ ਘਰ ਖਾਲੀ ਕਰਤਾ ਸੀ ਕਿਤੇ ਹੋਰ ਸ਼ਿਫਟ ਹੋ ਗਏ ਸੀ ਸੋ ਇੱਕ ਤਾਂ ਜਿਹੜੇ ਰੈਕੀ ਕਰਦੇ ਉਸ ਵੇਲੇ ਫੜੇ ਸੀਗੇ ਉਹਨਾਂ ਤੋਂ ਵੀ ਪੁਲਿਸ ਨੇ ਇੰਟੈਰੋਗੇਸ਼ਨ ਉਹਨਾਂ ਦੀ ਕੀਤੀ ਹੈ ਕਿ ਸ਼ਾਇਦ ਉਹਨਾਂ ਨਾਲ ਕਨੈਕਸ਼ਨ ਮਤਲਬ ਉਹ ਇੱਕ ਐਂਗਲ ਉਹ ਹੈਗਾ ਐਂਗਲ ਇੱਕ ਉਹ ਕਿਉਂਕਿ ਉਹ ਇੱਥੇ ਰਹਿੰਦੇ ਸੀਗੇ ਅਤੇ ਕਿਤੇ ਉਹੀ ਲਿੰਕ ਨਾ ਹੋਵੇ ਜਾਂ ਕਿਉਂਕਿ ਉਹ ਬੰਦੇ ਜਿਹੜਾ ਜਿਸ ਤਰ੍ਹਾਂ ਦੀ ਆਈ ਹੈ ਰਿਪੋਰਟ ਵੀ ਉਹ ਬੰਦੇ ਕਿਸੇ ਟੈਰਿਸਟ ਉਹਦੇ ਨਾਲ ਜੁੜੇ ਹੋਏ ਸੀਗੇ ਜੀ ਤਾਂ ਟੈਰਰ ਐਂਗਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੁਲਿਸ ਬੜਾ ਸੀਰੀਅਸਲੀ ਉਹਨੂੰ ਫਰੋਲ ਰਹੀ ਹੈ ਇਹ 'ਚ ਪਾਕਿਸਤਾਨੀ ਕੋਈ ਟੈਰਰ ਐਂਗਲ ਹੋ ਸਕਦਾ ਉਸ ਪੱਖੋਂ ਵੀ ਪੁਲਿਸ ਜਿਹੜੀ ਹੈਗੀ ਇਹਨੂੰ ਇਹਨੂੰ ਦੇਖ ਰਹੀ ਹੈਗੀ ਹੈ ਅਤੇ ਇੱਕ ਇਹਦੇ ਵਿੱਚ ਜਿਵੇਂ AIG ਜਸਕੀਰਤ ਸਿੰਘ ਚਹਿਲ ਸੀਗੇ ਹੁਣ ਇੱਕ ਜਿਹੜੀ ਅੱਜ ਇੱਕ ਪੋਸਟ ਆਈ ਅਚਾਨਕ ਉਸ ਪੋਸਟ ਨੇ ਬੜਾ ਧਿਆਨ ਖਿੱਚਿਆ ਸਾਰਿਆਂ ਦਾ ਵਾਇਰਲ ਹੋਈ ਇੱਕ ਫੋਟੋ ਘੁੰਮ ਰਹੀ ਹੈ ਸਾਰੇ ਕਿਤੇ ਆਪਣੇ ਕੋਲ ਵੀ ਪਹੁੰਚੀ ਹੈ
ਪਰ ਉਸ 'ਤੇ ਕੋਈ ਹੈਪੀ ਪਾਸ਼ੀਆ ਨਾਂ ਲਿਖਿਆ, ਜਿਹਦੇ ਵੱਲੋਂ ਪੋਸਟ ਪਾਈ ਵੀ ਹੈ ਵੀ ਅਸੀਂ ਇਹ ਕਰਵਾਇਆ, ਅਸੀਂ ਕਰਵਾਇਆ, ਜ਼ਿੰਮੇਵਾਰੀ ਲਈ ਹੈ, ਜ਼ਿੰਮੇਵਾਰੀ ਉਹਦੇ 'ਚ ਲਈ ਹੈ ਬੱਬਰ ਇੰਟਰਨੈਸ਼ਨਲ ਖਾਲਸਾ, ਉਹਦੇ 'ਚ ਉਹ ਵੀ ਲਿਖਿਆ ਹੋਇਆ। ਪਰ ਹਾਲਾਂਕਿ ਉਹ ਕਾਫੀ ਆਪਾਂ ਚੀਜ਼ਾਂ ਵੇਖਦੇ ਹਾਂ, ਉਹ ਪੋਸਟ ਫੇਕ ਵੀ ਲੱਗ ਰਹੀ ਹੈਗੀ ਹੈ, ਪੁਲਿਸ ਜ਼ਰੂਰ ਉਸ 'ਤੇ ਵੀ ਵਰਕ ਕਰ ਰਹੀ, ਕਿਉਂਕਿ ਇੱਕ ਤਾਂ ਜਿਹੜਾ ਨਾਮ ਉਹਦੇ 'ਚ ਲਿਖਿਆ ਹੋਇਆ ਅਕਾਊਂਟ ਜਿਹੜਾ ਹੈਪੀ ਪਾਸ਼ੀਆ, ਉਹ ਫੇਸਬੁੱਕ 'ਤੇ ਐਗਜ਼ਿਸਟ ਨਹੀਂ ਕਿਤੇ ਨਹੀਂ ਹੈਗਾ, ਪ੍ਰੋਪਰਲੀ ਉਹ ਟਾਈਪ ਕਰਕੇ ਦੇਖਦੇ ਹਾਂ, ਉਹ ਫੇਸਬੁੱਕ ਕੋਈ ਨਹੀਂ ਸ਼ੋਅ ਕਰ ਰਿਹਾ। ਫਿਰ ਬਲੀ ਸਾਹਿਬ ਉਹਦੇ ਵਿੱਚ ਇਹ ਲਿਖਿਆ ਹੋਇਆ ਵੀ 1986 ਦੀ ਘਟਨਾ ਦਾ ਇੱਕ ਜ਼ਿਕਰ ਕੀਤਾ ਗਿਆ, ਇਹ ਬੜਾ ਇੰਪੋਰਟੈਂਟ ਹੈ ਔਰ ਇਸ ਨੂੰ ਪੁਲਿਸ ਦੇਖ ਰਹੀ ਹੈ, ਇਸ ਨੂੰ ਇਸ ਐਂਗਲ ਨੂੰ ਵੀ ਇਨਵੈਸਟੀਗੇਟ ਕਰ ਰਹੀ ਹੈਗੀ। 1986 'ਚ ਨਕੋਦਰ 'ਚ ਕਈ ਸਿੱਖਾਂ ਦਾ ਗੋਲੀ ਚੱਲੀ, ਚਾਰ ਡੈਥਸ ਹੋ ਗਈਆਂ, ਮੌਤਾਂ ਹੋਈਆਂ, ਬਿਲਕੁਲ, ਜਿਹੜੇ ਕਈ ਸਿੱਖ ਮਾਰੇ ਗਏ ਸੀਗੇ। ਉਸ ਪੋਸਟ 'ਚ ਇਹ ਲਿਖਿਆ ਕਿ ਉਹਨਾਂ ਦਾ ਬਦਲਾ ਲੈਣ ਲਈ ਅਸੀਂ, ਹਾਲਾਂਕਿ ਗੁਰਕੀਰ ਸਿੰਘ ਚਹਿਲ ਲਿਖਿਆ ਗਿਆ ਉੱਥੇ, ਗੁਰਪੂਰ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਗਨਮੈਨ ਨੂੰ ਅਸੀਂ ਮਾਰਤਾ ਅਤੇ ਅਸੀਂ ਜ਼ਿੰਮੇਵਾਰੀ ਇਹਦੀ ਲਈ ਹੈ। ਹਾਲਾਂਕਿ ਜਿਵੇਂ ਆਪਾਂ ਗੱਲ ਕੀਤੀ ਕਿ ਪਹਿਲੀ ਗੱਲ ਤਾਂ ਨਾ ਤਾਂ ਉੱਥੇ ਰਹਿ ਰਹੇ ਸੀ, ਨਾ ਉੱਥੇ ਜੋ ਵੀ ਰਹਿ ਰਹੇ ਸੀਗੇ, ਅਤੇ ਉੱਥੇ ਕੋਈ ਜਾਨੀ ਨੁਕਸਾਨ ਤਾਂ ਬਿਲਕੁਲ ਹੋਇਆ ਹੀ ਨਹੀਂ। ਦੇਖੋ ਉਹਦੇ 'ਚ ਜਿਵੇਂ ਇਹਨਾਂ ਨੇ ਦੱਸਿਆ ਵੀ ਤਿੰਨ ਗੱਲਾਂ ਉਹਦੇ 'ਚ ਜਿਹੜੀਆਂ ਹੈਗੀਆਂ ਜਿਹਨਾਂ ਤੋਂ ਐਂ ਲੱਗਦਾ ਵੀ ਉਹ ਫੇਕ ਹੋ ਸਕਦੀ ਹੈ। ਇੱਕ ਤਾਂ ਉਹ ਉਸ ਨਾਂ ਦਾ ਅਕਾਊਂਟ ਕੋਈ ਨਹੀਂ ਹੈਗਾ, ਦੂਸਰਾ ਉਹਨਾਂ ਦਾ ਨਾਂ ਹੀ ਗਲਤ ਲਿਖਿਆ, ਗੁਰਕੀਰ ਸਿੰਘ ਚਾਹਲ ਲਿਖਿਆ, ਉਹ ਜਸਕੀਰੀ ਚਾਹਲ ਸੀ, ਚਾਹਲ ਉਸ ਵੇਲੇ ਉੱਥੇ ਨਕੋਦਰ ਸੀਗੇ, SHO ਸੀਗੇ SHO ਵਜੋਂ ਪੋਸਟ, ਫਿਰ ਉਹ ਹੈ, ਫਿਰ ਉਹਨਾਂ ਲਿਖਿਆ ਵੀ ਉਹ ਅਸੀਂ ਮਾਰ ਉਹ ਕਰਤੇ, ਮਤਲਬ ਉਹਨਾਂ ਨੂੰ ਖਤਮ ਕਰਤਾ। ਸੋ ਉਹ ਵੀ ਉਹਨਾਂ ਦੀ ਗੱਲ ਠੀਕ ਨਹੀਂ ਹੈਗੀ, ਅਤੇ ਸੋ ਇਹਦਾ ਮਤਲਬ ਇਹ ਹੈ ਵੀ ਉਹ ਜਿਹੜੀ ਪੋਸਟ ਹੈ ਜਾਂ ਤਾਂ ਉਹ ਗੁੰਮਰਾਹ ਕਰਨ ਵਾਸਤੇ, ਜਿਹੜੀ ਅਸਲ ਜਿਹੜੀ ਇਨਵੈਸਟੀਗੇਸ਼ਨ ਨੂੰ ਸਾਈਡ ਟਰੈਕ ਕਰਨ ਵਾਸਤੇ ਕੀਤੀ ਗਈ ਹੈ, ਮਤਲਬ ਇਹ ਹੋ ਸਕਦਾ। ਅਤੇ ਫਿਰ ਉਹ ਕਿਉਂਕਿ ਕਈ ਵਾਰੀ ਆਉਂਦਾ ਨਹੀਂ ਵੀ ਹੋਰ ਪਾਸੇ ਤੋਰ ਦਿਓ, ਉੱਧਰ ਪਾਸੇ ਸ਼ੱਕ ਚਰਚਾ ਹੋ ਜਾਵੇ ਹੋਰ ਆ ਜਾਵੇ, ਪਰ ਪੁਲਿਸ ਹਰ ਕਾਫੀ ਅੱਜ ਕੱਲ੍ਹ ਸਾਇੰਟੀਫਿਕ ਢੰਗ ਨਾਲ ਕੰਮ ਕਰਦੀ ਹੈ। ਪਰ ਇਹ ਦੱਸੋ ਕਿ ਕੋਈ ਦੂਜਾ ਐਂਗਲ ਵੀ ਹੋ ਸਕਦਾ, ਅੱਜ ਕੱਲ੍ਹ ਪੰਜਾਬ ਚੱਲਦਾ ਵੀ ਜੇ ਤਾਂ ਫਰੌਤੀ ਮੰਗਦੇ ਨੇ, ਜੇ ਫਰੌਤੀ ਕੋਈ ਨਾ ਦੇਵੇ ਤਾਂ ਉਦੋਂ ਗੋਲੀ ਚਲਾ ਜਾਂਦੇ ਨੇ, ਧਮਾਕਾ ਕਰ ਜਾਂਦੇ ਨੇ, ਜਾਂ ਕੋਈ ਉਹ ਪੰਜਾਬ 'ਚ ਤਾਂ ਚੱਲ ਹੀ ਰਿਹਾ, ਬਿਲਕੁਲ ਬਿਲਕੁਲ, ਹਰਿਆਣੇ 'ਚ ਵੀ ਚੱਲ ਰਿਹਾ, ਕਈ ਥਾਵਾਂ 'ਤੇ ਚੱਲ ਰਿਹਾ, ਇਹ ਵੀ ਹੋ ਸਕਦਾ, ਇੱਦਾਂ ਦੀ ਵੀ ਕੋਈ ਹੋ ਸਕਦੀ, ਇੱਕ ਪੋਸੀਬਿਲਿਟੀ ਵੀ ਹੋ ਸਕਦੀ ਹੈ, ਕਿਉਂਕਿ ਇਸ ਵੇਲੇ ਤਾਂ ਕੋਈ ਵੀ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਹੋ ਸਕਦੀ, ਕਿਉਂਕਿ ਜਿਵੇਂ ਤੁਸੀਂ ਪੰਜਾਬ 'ਚ ਬੜਾ ਕਾਮਨ ਹੈ ਪ੍ਰੈਕਟਿਸ ਇਹ ਵਾਲੀ ਹੈਗੀ, ਜੇ ਨਹੀਂ ਮੰਨਦੇ ਤਾਂ ਫਿਰ ਉਸ ਨੂੰ ਇਸ ਤਰ੍ਹਾਂ ਡਰਾਇਆ ਜਾਂਦਾ, ਕਿਉਂਕਿ ਇਹ ਵੀ ਲੱਗਦਾ ਕਿਉਂਕਿ ਜਿਹੜੇ ਇੱਕ ਡਰਾਉਣ ਦਾ ਇੱਕ ਮੈਸੇਜ ਸੀਗਾ, ਕਿਉਂਕਿ ਜਿਸ ਤਰ੍ਹਾਂ ਦਾ ਉਹ ਮਟੀਰੀਅਲ ਸੀਗਾ, ਮਟੀਰੀਅਲ ਜਿੰਨਾ ਨੁਕਸਾਨ ਹੋਇਆ ਨਹੀਂ ਸੀ, ਇਹਦਾ ਮਤਲਬ ਉਹ ਜ਼ਿਆਦਾ ਡਰਾਉਣ ਦੀ ਸੈਂਸੇਸ਼ਨ ਕ੍ਰੀਏਟ ਕਰਨ ਦੀ ਸੀ, ਫੈਮਿਲੀ ਨੂੰ ਡਰਾਉਣ ਦੀ ਸੀ, ਬਿਲਕੁਲ ਕੋਈ ਇਹੋ ਜਿਹੀ ਗੱਲ, ਅਤੇ ਉਹ ਵੀ ਉਹਦਾ ਜਿਹੜਾ ਫੈਮਿਲੀ ਦਾ ਇੱਕ ਮੈਂਬਰ ਬਾਹਰ ਰਹਿੰਦਾ ਕੋਈ, ਇਹ ਵੀ ਆਈ ਹੈ ਖਬਰ, ਬਿਲਕੁਲ ਗੱਲ ਆਈ, ਆਸਟ੍ਰੇਲੀਆ 'ਚ ਰਹਿੰਦੇ ਨੇ ਸ਼ਾਇਦ, ਕੋਈ ਇਹੋ ਜਿਹਾ ਐਂਗਲ ਵੀ ਹੋ ਸਕਦਾ, ਕੋਈ ਬਾਹਰਲਾ ਕੋਈ ਐਂਗਲ ਵੀ ਹੋ ਸਕਦਾ, ਇਸ ਤਰ੍ਹਾਂ ਦਾ ਹੋ ਸਕਦਾ। ਸੋ ਮਤਲਬ ਮੈਂ ਆਪਾਂ ਜਿਹੜੇ ਪੁਲਿਸ ਅਫਸਰ ਨੇ, ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਕਿਸੇ ਸੀਨੀਅਰ ਪੁਲਿਸ ਅਫਸਰ ਨਾਲ ਗੱਲ ਕੀਤੀ ਸੀਗੀ ਚੰਡੀਗੜ੍ਹ ਦੇ ਨਾਲ, ਅਤੇ ਉਹਨਾਂ ਦਾ ਵੀ ਇਹ ਸੀ ਵੀ ਅਜੇ ਕੁਐਸਚਨ ਖੜ੍ਹੇ ਨੇ, ਮਤਲਬ ਕੋਈ ਵੀ ਡਰਾਈਵਰ ਨੂੰ ਪੁੱਛਗਿੱਛ ਕੀਤੀ ਹੈ, ਡਰਾਈਵਰ ਨੂੰ ਫੜਿਆ, ਅਤੇ CCTV ਫੁਟੇਜ ਇੱਧਰ ਉੱਧਰ ਕਿੱਥੇ ਵੀ ਕਿੱਥੋਂ ਗਏ, ਕਿੱਥੇ ਆਏ, ਉਹ ਅਜੇ ਫਰੋਲਿਆ ਜਾ ਰਿਹਾ ਮੂਵਮੈਂਟ ਦੇ ਨਜ਼ਰ ਰੱਖੀ। ਹਾਂ, ਸੋ ਅਜੇ ਕੋਈ ਵੀ ਸਿੱਟਾ ਕੱਢਣਾ ਮੇਰੇ ਖਿਆਲ ਠੀਕ ਨਹੀਂ ਹੋਏਗਾ, ਸਿੱਟਾ ਅਜੇ ਨਹੀਂ, ਹੈਨਾ, ਕਿਉਂਕਿ ਅਜੇ ਤਾਂ ਇਨਵੈਸਟੀਗੇਸ਼ਨ ਕਲੀਅਰਲੀ ਇਹਦੀ ਚੱਲ ਹੀ ਰਹੀ ਹੈ, ਅਜੇ ਚੱਲ ਰਹੀ ਹੈ, ਚੱਲ ਹੀ ਰਿਹਾ ਚੰਡੀਗੜ੍ਹ ਪੁਲਿਸ ਵੱਲੋਂ, ਔਰ CFSL ਦੀਆਂ ਟੀਮਾਂ ਉਹ ਬੜੀਆਂ ਐਕਟਿਵਲੀ ਉਸ
ਘਰ ਦੇ ਵਿੱਚ ਰਾਤ ਤੋਂ ਹੀ ਉਹ ਲੱਗੀਆਂ ਹੋਈਆਂ ਆਪਣੇ ਆਪਣੇ ਪੱਖੋਂ ਸਾਰਾ ਦੇਖ ਸੋ ਅਸੀਂ ਮਤਲਬ ਇਹ ਕਹਿ ਸਕਦੇ ਹਾਂ ਵੀ ਇਹ ਅਜੇ ਤੱਕ ਬੁਝਾਰਤ ਹੈ ਇਹ ਬਿਲਕੁਲ ਵੀ ਜਿਹੜਾ ਬਲਾਸਟ ਜਿਹੜਾ ਚੰਡੀਗੜ੍ਹ 'ਚ ਹੋਇਆ ਗ੍ਰਨੇਡ ਟਾਈਪ ਕਹਿ ਸਕਦੇ ਗ੍ਰਨੇਡ ਤਾਂ ਨਹੀਂ ਸੀਗਾ ਕੋਈ ਬੰਬ ਟਾਈਪ 'ਚ ਸਿੱਟੀ ਗਈ ਉਹਦੇ ਨਾਲ ਥੋੜ੍ਹੇ ਮੋਟਾ ਨੁਕਸਾਨ ਵੀ ਹੈ ਵੀ ਇਹ ਟਾਰਗੇਟ ਕੌਣ ਸੀ ਕੀ ਸੀ ਕਿਉਂ ਕੀਤਾ ਗਿਆ ਅਤੇ ਇਹ ਇਹਦੇ ਪਿੱਛੇ ਕੌਣ ਹੈ ਅਤੇ ਪਰਪਜ਼ ਕੀ ਸੀ ਬਿਲਕੁਲ ਮਤਲਬ ਕਿ ਡਰਾਉਣਾ ਸੀ ਜਾਂ ਨੁਕਸਾਨ ਕਰਨਾ ਸੀ ਇਹ ਅਜੇ ਸਵਾਲ ਸਾਰੇ ਹੀ ਖੜ੍ਹੇ ਨੇ ਬਿਲਕੁਲ ਖੁੱਲ੍ਹੇ ਨੇ ਪੁਲਿਸ ਵੀ ਇਹੀ ਕਹਿ ਰਹੀ ਹੈ ਇਹ ਸਾਰੇ ਸਵਾਲ ਖੜ੍ਹੇ ਨੇ ਅਤੇ ਜਾਂਚ ਦੇ ਪਤਾ ਲੱਗੇ ਜਾਂ ਇਸ ਕਰਕੇ ਅਜੇ ਕੋਈ ਵੀ ਨਤੀਜਾ ਕੱਢਣਾ ਅਤੇ ਜਿਹੜੀ ਉਹ ਲੱਗਦੀ ਹੈ ਜਿਹੜੀ ਵਾਇਰਲ ਹੋਈ ਹੈ ਕਿ ਜ਼ਿੰਮੇਵਾਰੀ ਉਹ ਤਾਂ ਫੇਕ ਹੀ ਲੱਗਦੀ ਹੈ ਕੋਈ ਕੋਈ ਉਹਦਾ ਵੀ ਪਰਪਜ਼ ਹੈ ਕੋਈ ਬਿਲਕੁਲ ਉਹਦਾ ਵੀ ਮੋਟਿਵ ਹੈ ਕੋਈ ਕਿਉਂਕਿ ਉਹਦਾ ਕੀ ਮੋਟਿਵ ਹੈ ਉਹ ਵੀ ਅਜੇ ਸਵਾਲ ਖੜ੍ਹਾ ਉਹ ਵੀ ਸਵਾਲ ਸੋ ਇਹ ਦੇਖਦੇ ਹਾਂ ਵੀ ਅੱਗੇ ਪੁਲਿਸ ਦਾ ਬਰੋਬ ਚੋਂ ਕੀ ਨਿਕਲਦਾ ਫਿਰ ਹੀ ਆਪਾਂ ਅੱਜ ਗੱਲ ਕਰ ਸਕਾਂਗੇ ਬਹੁਤ ਮਿਹਰਬਾਨੀ ਜੀ।